ਹੈਲੋ ਵੈਲਕਮ ਟੂ ਆਲ ਆਫ ਯੂ ਅੱਜ ਆਪਾਂ ਗੱਲ ਕਰਨੀ ਹੈਗੀ ਆ ਆਇਲਸ ਰਾਈਟਿੰਗ ਟਾਸਕ 2 ਦੀ ਤਾਂ ਜਿਹੜੀ ਅੱਜ ਆਪਣੇ ਕੋਲੇ ਟਾਈਪ ਹੈਗੀ ਆ ਉਹ ਹੈਗੀ ਆ ਕਿ ਮਤਲਬ ਕਿ ਰੀਜ਼ਨ ਦੇਣਾ ਆਪਾਂ ਇਹਦੇ ਵਿੱਚ ਹਨਾ ਵੀ ਮਤਲਬ ਕਿ ਕੋਈ ਸਟੇਟਮੈਂਟ ਦਿੱਤੀ ਹੋਊਗੀ ਕੋਈ ਪ੍ਰੋਬਲਮ ਦਿੱਤੀ ਹੋਊਗੀ ਉਹਦਾ ਆਪਾਂ ਰੀਜ਼ਨ ਦੱਸਣਾ ਵੀ ਇਹ ਕਿਉਂ ਹੋ ਰਿਹਾ ਹੈਗਾ ਐਂਡ ਸੋਲੂਸ਼ਨ ਦੇਣਾ ਕਿ ਇਸ ਨੂੰ ਆਪਾਂ ਸੋਲਵ ਕਰਨ ਲਈ ਕੀ ਕੁਝ ਕਰ ਸਕਦੇ ਹਾਂ ਠੀਕ ਆ ਤਾਂ ਇਸ ਤਰੀਕੇ ਨਾਲ ਆਪਣੀ ਜਿਹੜੀ ਟਾਈਪ ਹੋਈ ਉਹ ਰੀਜ਼ਨ ਸੋਲੂਸ਼ਨ ਐਸੇ ਬਣਿਆ ਤਾਂ ਆਪਾਂ ਜਿਹੜਾ ਅੱਜ ਸਿੰਪਲ ਆਨਸਰ ਦੇ ਹੈਲਪ ਦੇ ਨਾਲ ਸਮਝਾਂਗੇ ਕਿ ਕਿਸ ਤਰੀਕੇ ਦੇ ਨਾਲ ਆਪਾਂ ਜਿਹੜਾ ਇਸ ਜਿਹੜੇ ਇਸ ਟਾਈਪ ਹੈਗੇ ਐਸ ਨੂੰ ਸੋਲਵ ਕਰ ਸਕਦੇ ਹਾਂ ਠੀਕ ਆ ਅਨ ਦਾ ਫਰਸਟ ਆਫ ਆਲ ਕੀ ਆ ਆਪਾਂ ਸਟੇਟਮੈਂਟ ਦੇਖਦੇ ਹਾਂ ਸਟੇਟਮੈਂਟ ਕੀ ਆਪਣੇ ਕੋਲੇ ਮੈਨੀ ਡਾਕਟਰਸ ਰੈਕਮੈਂਡ ਥੈਟ 올ਡਰ ਪੀਪਲ ਐਕਸਰਸਾਈਜ਼ ਰੈਗੂਲਰਲੀ ਠੀਕ ਆ ਕਿ ਕਾਫੀ ਜਿਹੜੇ ਹੈਗੇ ਡਾਕਟਰਸ ਉਹ ਕੀ ਆ 올ਡਰ ਪੀਪਲ ਨੂੰ ਰੈਕਮੈਂਡ ਕਰਦੇ ਹੈਗੇ ਆ ਕਿ ਉਹਨਾਂ ਨੂੰ ਰੈਗੂਲਰਲੀ ਐਕਸਰਸਾਈਜ਼ ਕਰਨੀ ਚਾਹੀਦੀ ਹੈਗੀ ਠੀਕ ਆ ਬਟ ਮੋਸਟ ਪੇਸ਼ੈਂਟ ਡੂ ਨਾਟ ਫੋਲੋ ਐਨ ਐਕਸਰਸਾਈਜ਼ ਰੁਟੀਨ ਪਰ ਬਹੁਤ ਸਾਰੇ ਜਿਹੜੇ ਹੈਗੇ ਆ ਮਰੀਜ਼ ਉਹ ਨਹੀਂ ਫੋਲੋ ਕਰਦੇ ਇਦਾਂ ਦਾ ਕੋਈ ਵੀ ਰੁਟੀਨ ਵਾਈ ਡੂ ਯੂ ਥਿੰਕ ਹੈਪਨ ਇਹ ਕਿਉਂ ਹੋ ਰਿਹਾ ਤੁਸੀਂ ਸੋਚਦੇ ਆ ਤੁਹਾਨੂੰ ਕਿਦਾਂ ਲੱਗਦਾ ਕਿ ਕਿਉਂ ਹੋ ਰਿਹਾ ਹੈਗਾ ਹਾਊ ਕੈਨ ਪੀਪਲ ਬੀ ਇਨਕਰਜ ਟੂ ਐਕਸਰਸਾਈਜ਼ ਰੈਗੂਲਰ ਤੇ ਕਿਦਾਂ ਉਹਨਾਂ ਨੂੰ ਇਨਕਰਜ ਕੀਤਾ ਜਾਵੇ ਕਿ ਉਹ ਐਕਸਰਸਾਈਜ਼ ਨੂੰ ਜਿਹੜਾ ਅਪਣਾ ਲੈਣ ਠੀਕ ਆ ਅੰਤ ਫਸਟ ਆਫ ਆਲ ਆਪਾਂ ਓਵਰਆਲ ਸਟਰਕਚਰ ਦੀ ਗੱਲ ਕਰ ਲੈਣੀ ਹੈਗੀ ਆ ਸਟਰਕਚਰ ਆਪਣਾ ਕੀ ਹੁੰਦਾ ਇਸ ਦੇ ਵਿੱਚ ਫਰਸਟ ਆਫ ਆਲ ਆਪਣੇ ਕੋਲੇ ਆ ਜਾਂਦੀ ਹੈਗੀ ਆ ਇੰਟਰੋ ਇੰਟਰੋ ਜੇ ਆਪਾਂ ਰੀਫਰੇਸ ਪਲੱਸ ਥੀਸਿਸ ਲਾਈਨ ਰੀਫਰੇਸ ਹਮੇਸ਼ਾ ਜਿਹੜੀ ਟਰਾਈ ਕਰੋ ਕਿ ਸੈਂਟੈਂਸ ਟੂ ਸੈਂਟੈਂਸ ਕਰੋ ਕਿਉਂਕਿ ਇਹ ਥੋੜੇ ਸਕੋਰ ਜਿਹੜੇ ਬੂਸਟ ਕਰਦੀ ਹੈ ਜਿਹੜੀ ਆਪਣੇ ਕੋਲੇ ਵਰਡ ਟੂ ਵਰਡ ਹੁੰਦੀ ਹੈ ਰੀਫਰੇਸ ਠੀਕ ਆ ਉਹ ਵੀ ਗਲਤ ਨਹੀਂ ਹੁੰਦੀ ਬਟ ਉਹ ਇਦਾਂ ਹੁੰਦੀ ਕਿ ਆਪਣੇ 6 ਤੱਕ ਹੀ ਰੀਚ ਕਰ ਪਾਉਂਦੀ ਹੈ ਠੀਕ ਆ ਤੇ ਜੇ ਆਪਾਂ ਗੱਲ ਕਰੀਏ ਥੀਸਿਸ ਲਾਈਨ ਦੀ ਥੀਸਿਸ ਲਾਈਨ ਹਮੇਸ਼ਾ ਸਿੰਪਲ ਦੋ ਕਿਉਂਕਿ ਮੈਂ ਹਰ ਵੀਡੀਓ ਦੇ ਵਿੱਚ ਐਕਸਪਲੇਨ ਕਰਦੀ ਹਾਂ ਇਹਦੇ ਪਿੱਛੇ ਵਾਲਾ ਰੀਜ਼ਨ ਠੀਕ ਆ ਤਾਂ ਉਸ ਤੋਂ ਬਾਅਦ ਆਪਾਂ ਕੀ ਗੱਲ ਕਰੀਏ ਜੇ ਆਪਾਂ BP1 ਦੀ ਗੱਲ ਕਰੀਏ ਤਾਂ BP1 ਦੇ ਵਿੱਚ ਆਪਾਂ 5 ਪੁਆਇੰਟਸ ਜਿਹੜੇ ਹੁੰਦੀਆਂ ਕਵਰ ਕਰਨੀ ਹੁੰਦੀਆਂ ਠੀਕ ਆ ਤਾਂ ਉਹ ਸਟਰਕਚਰ ਦੇ ਵਿੱਚ ਚੰਗੀ ਤਰ੍ਹਾਂ ਦੱਸਿਆ ਗਿਆ ਕੀ ਕੀ ਆ ਮੈਂ ਥੋੜਾ ਜਿਆਦਾ ਦੱਸ ਦਿੰਨੀ ਹਾਂ ਕਿ ਟਾਸਕ ਸਟੇਟਮੈਂਟ ਹੁੰਦੀ ਹੈ ਫਸਟ ਪਹਿਲਾਂ ਹੁੰਦੀ ਬੇਸਿਕ ਲਾਈਨ ਥੈਨ ਹੁੰਦੀ ਟਾਸਕ ਸਟੇਟਮੈਂਟ ਉਸ ਤੋਂ ਬਾਅਦ ਆਪਾਂ ਲੈਬੋਰੇਸ਼ਨ ਕਰਦੇ ਹਾਂ ਫਿਰ ਐਗਜ਼ਾਮਪਲ ਐਂਡ ਰਿਜ਼ਲਟ ਠੀਕ ਆ ਤੇ ਇਹ 5 ਪੁਆਇੰਟਸ ਆਪਾਂ ਕਵਰ ਕਰਨੀ ਹੁੰਦੀ ਆ BP1 ਐਂਡ BP2 ਦੇ ਵਿੱਚ ਠੀਕ ਆ ਮਤਲਬ 5 5 ਦੋਨੋਂ ਚੋ ਬੀਪੀ 1 ਦੇ ਵਿੱਚ ਵੀ 5 ਐਂਡ ਬੀਪੀ 2 ਚ ਵੀ 5 ਠੀਕ ਆ ਤਾਂ ਉਸ ਤੋਂ ਬਾਅਦ ਆਪਾਂ ਜੇ ਕਨਕਲੂਜਨ ਦੀ ਗੱਲ ਕਰੀਏ ਤਾਂ ਕਨਕਲੂਜਨ ਦੇ ਵਿੱਚ ਕੀ ਹੈ ਓਵਰਆਲ 에ਸੇ ਦਾ ਜੋ ਆਪਾਂ ਲਿਖਿਆ ਉਹੀ ਹੁਣ ਆਪਾਂ ਬਾਹਰ ਤੋਂ ਕੁਝ ਵੀ ਐਡ ਨਹੀਂ ਕਰਨਾ ਹੈਗਾ ਜੋ 에ਸੇ ਦੇ ਵਿੱਚ ਹੈਗਾਗਾ ਲਿਖਿਆ ਆਪਾਂ ਉਹਨੂੰ ਜਿਹੜਾ ਕਨਕਲੂਡ ਕਰ ਦੇਣਾ ਠੀਕ ਆ ਤਾਂ ਇਸ ਤਰੀਕੇ ਨਾਲ ਜਿਹੜਾ ਆਪਣਾ ਹੁੰਦਾ ਹੈਗਾ ਇਹਦਾ ਸਟਰਕਚਰ ਠੀਕ ਆ ਤਾਂ ਮੈਂ ਸਪੈਸ਼ਲ ਜਿਹੜੀ ਵੀਡੀਓ ਬਣਾਈ ਉਹਦੇ ਵਿੱਚ ਕਲਾ ਸਟਰਕਚਰ ਸਮਝਾਇਆ ਕਿ 에ਸੇ ਦਾ ਕਿਦਾਂ ਸਟਰਕਚਰ ਹੁੰਦਾ ਹਰ ਇੱਕ ਚੀਜ਼ ਡੀਪਲੀ ਦੱਸੀ ਗਈ ਆ ਤਾਂ ਤੁਸੀਂ ਉਹ ਦੇਖ ਸਕਦੇ ਅਤੇ ਇੱਕ ਗੱਲ ਕੀ ਹੈ ਜਦੋਂ ਆਪਾਂ ਇੰਟਰੋ ਕਰਨੀ ਹੈੀ ਤਾਂ ਮੈਂ ਹਮੇਸ਼ਾ ਕਹਾਂ ਇੰਟਰੋ ਦੇ ਵਿੱਚ ਕੀ ਹੈ ਤੁਸੀਂ ਤਿਆਰੀ ਇਦਾਂ ਕਰਨੀ ਹੈ ਦੇਖੋ ਜੇ ਤੁਹਾਡੀ ਰਿਕੁਆਇਰਮੈਂਟ ਹੈਗੀ ਹੈ 6 ਤਾਂ ਤੁਸੀਂ 6.5 ਦੀ ਤਿਆਰੀ ਕਰਨੀ ਹੈ ਠੀਕ ਆ ਫਿਰ ਐਗਜ਼ਾਮ 'ਚ 6 ਆਉਂਦੇ ਹੈਗੇ ਇਹਦੇ ਵਿੱਚ ਰੀਜ਼ਨ ਵੀ ਦੱਸ ਦਿੰਦੀ ਆ ਜੇ ਤੁਹਾਡੀ ਰਿਕੁਆਇਰਮੈਂਟ ਹੈਗੀ ਆ ਠੀਕ ਆ 6.5 ਦੀ ਤਾਂ ਤੁਸੀਂ 7 ਦੀ ਤਿਆਰੀ ਕਰੋ ਜੇ ਤੁਹਾਡੀ 7 ਦੀ ਹੈਗੀ ਤਾਂ 7.5 ਦੀ ਤਿਆਰੀ ਕਰੋ ਠੀਕ ਆ ਜੇ ਤੁਸੀਂ ਇਸ ਤਰੀਕੇ ਨਾਲ ਤਿਆਰੀ ਕਰੋਗੇ ਤਾਂ ਤੁਹਾਡਾ ਕੋਈ ਵੀ ਚਾਂਸ ਨਹੀਂ ਹੈ ਕਿਉਂਕਿ ਦੇਖੋ ਜਦੋਂ ਆਪਾਂ ਐਗਜ਼ਾਮ ਦੇ ਕੇ ਆਉਂਦੇ ਹਾਂ ਉਸ ਤੋਂ ਬਾਅਦ ਆਪਾਂ ਨੂੰ ਸਾਰੇ ਯੈਨ ਪੁੱਛਦੇ ਆ ਨਾ ਕਿਦਾਂ ਐਗਜ਼ਾਮ ਹੋਇਆ ਫਰੈਂਡਸ ਠੀਕ ਆ ਆਪਣੇ ਪੇਰੈਂਟਸ ਹਰੇ ਕੋਈ ਆਪਾਂ ਪੁੱਛਦਾ ਕਿ ਕਿਦਾਂ ਐਗਜ਼ਾਮ ਹੋਇਆ ਉੱਥੇ ਆਪਾਂ ਇਹ ਕਹਿਣ ਦੀ ਬਜਾਏ ਵੀ ਪਤਾ ਨਹੀਂ ਹੈਗਾਗਾ ਨਾ ਜਾਂ ਪ ਾਂਗੇ ਠੀਕ ਆ ਤਾਂ ਇਸ ਤਰੀਕੇ ਨਾਲ ਇਹਨਾਂ ਜਿਹੜਾ ਕੰਫੀਡੈਂਸ ਉਹ ਕਿੱਦਾਂ ਆਊਗਾ ਜੇ ਤੁਹਾਨੂੰ ਪਤਾ ਹੋਊਗਾ ਵੀ ਹਾਂਜੀ ਵੀ ਮੇਰੀ 6 ਰਿਕੁਆਇਰਮੈਂਟ ਆ ਵੀ ਮੈਂ ਤਾਂ 6.5 ਲਿਖ ਕੇ ਆਇਆ ਵੀ ਪਹਿਲੀ ਗੱਲ ਤਾਂ ਮੇਰੇ 6.5 ਆਉਣਗੇ ਜੇ ਕੋਈ ਮੇਥੋਂ ਮਾੜੀ ਮੁੱਟੀ ਮਿਸਟੇਕ ਹੋ ਵੀ ਗਈ ਹੋਈ ਤਾਂ ਮੇਰੇ 6 ਤਾਂ ਪੱਕਾ ਆਉਣਗੇ ਰਿਕੁਆਇਰਮੈਂਟ ਤਾਂ ਕੰਪਲੀਟ ਹੋ ਜਾਊਗੀ ਠੀਕ ਆ ਤਾਂ ਇਸ ਤਰੀਕੇ ਨਾਲ ਮਤਲਬ ਕਈ ਵਾਰੀ ਏਦਾਂ ਹੁੰਦਾ ਬੱਚਾ ਨਰਵਸ ਹੋ ਜਾਂਦਾ ਜਾਂ ਕੋਈ ਪੁਆਇੰਟ ਜਾਂ ਕੁਝ ਛੁੱਟ ਜਾਂਦਾ ਹੈਗਾ ਟਾਈਮ ਦੇ ਕਰਕੇ ਕਿਉਂਕਿ ਇਗਜ਼ਾਮ 'ਚ ਕਾਫੀ ਪ੍ਰੈਸ਼ਰ ਹੁੰਦਾ ਵਾ ਦੈਟਸ ਵਾਈ ਤਾਂ ਜੇ ਕੋਈ ਛੁੱਟ ਵੀ ਜਾਂਦਾ ਹੈਗਾ ਤਾਂ ਉਸ ਤਰੀਕੇ ਨਾਲ ਆਪਣੀ ਜਿਹੜੀ ਰਿਕੁਆਇਰਮੈਂਟ ਤਾਂ ਕੰਪਲੀਟ ਹੋ ਜਾਵੇ ਇਸ ਤਰੀਕੇ ਨਾਲ ਆਪਾਂ ਜਿਹੜਾ ਹਾਫ ਬੈਂਡ ਦੀ ਵੱਧ ਤਿਆਰੀ ਕਰਕੇ ਚਲਣੀ ਹੈ ਠੀਕ ਆ ਤਾਂ ਪ੍ਰੈਪਰੇਸ਼ਨ ਹੀ ਇਸ ਤਰੀਕੇ ਨਾਲ ਕਰੋ ਆਪਣੀ ਹੁਣ ਆਪਾਂ ਚੱਲਦੇ ਆ ਇੰਟਰੋ ਵੱਲੀ ਤਾਂ ਇੰਟਰੋ ਨੂੰ ਮੈਂ ਜਿਹੜਾ ਤੁਹਾਨੂੰ 7 ਠੀਕ ਆ 7.5 ਤੱਕ ਦਾ ਜਿਹੜਾ ਸੈਂਪਲ ਆਂਸਰ ਸ਼ੇਅਰ ਕਰਨ ਜਾ ਰਹੀ ਹਾਂ ਉਹਦੇ ਵਿੱਚ ਕੀ ਹੁੰਦਾ ਮੈਂ ਉਹਦੀ ਇੰਟ੍ਰੋ ਇੰਟ੍ਰੋ ਦੇ ਵਿੱਚ ਮੈਂ ਇਹੀ ਕਹਿਣੀ ਹੁੰਦੀ ਆ ਕਿ ਤੁਸੀਂ ਟਰਾਈ ਕਰੋ ਕਿ ਇੱਕ ਕੰਪਲੈਕਸ ਸੈਂਟੈਂਸ ਪਾਓ ਠੀਕ ਆ ਇੱਕ ਪੈਸਿਵ ਪਾਓ ਠੀਕ ਆ ਮਤਲਬ ਦੋ ਸੈਂਟੈਂਸ ਤੁਹਾਡੇ ਹੋਣੇ ਚਾਹੀਦੇ ਆ ਇੱਕ ਕਨੈਕਟਰਸ ਵੀ ਤੁਸੀਂ ਐਡ ਕਰ ਸਕਦੇ ਆ ਕਨੈਕਟਰ ਵੀ ਬਹੁਤ ਇੰਪੋਰਟੈਂਟ ਆ ਟਾਸਕ 1 ਔਰ ਟਾਸਕ 2 ਲਈ ਬਿਕਾਜ਼ ਇਹ ਕੀ ਕਰਦੇ ਆ ਏਸੇ ਦੇ ਵਿੱਚ ਕਨੈਕਟੀਵਿਟੀ ਲੈ ਕੇ ਆਉਂਦੀ ਆ ਤੇ ਇਹਦੇ ਨਾਲ ਐਗਜ਼ਾਮੀਨਰ ਨੂੰ ਪਤਾ ਚੱਲਦਾ ਮੈਂ ਤੁਹਾਨੂੰ ਬੀਪੀ 1 ਐਂਡ ਬੀਪੀ 2 ਚ ਇਹਦੀ ਜਿਹੜੀ ਬਹੁਤ ਜ਼ਿਆਦਾ ਇੰਪੋਰਟੈਂਸ ਆ ਉਹ ਸਮਝਾਉਂਗੀ ਕਿ ਕਿਸ ਤਰੀਕੇ ਨਾਲ ਠੀਕ ਆ ਪਹਿਲਾਂ ਗੱਲ ਕਰਦੇ ਆ ਆਪਣੀ ਸਟਾਰਟਿੰਗ ਹੁਣ ਕੀ ਆ ਮੈਨੀ ਡਾਕਟਰ ਰეკਮੈਂਡ ਦੇ ਠੀਕ ਆ ਤਾਂ ਸਟੇਟਮੈਂਟ ਆਪਾਂ ਨੂੰ ਦਿੱਤੀ ਹੈ ਕਿ ਕਾਫੀ ਜਿਹੜੇ ਹੈਗੇ ਆ ਉਹ ਰეკਮੈਂਡ ਕਰਦੇ ਆ ਡਾਕਟਰ ਓਲਡਰ ਪੀਪਲ ਇੱਕ ਤਾਂ ਆਪਾਂ ਵਰਡ ਚੇਂਜ ਕਰਨੇ ਠੀਕ ਆ ਡਾਕਟਰ ਦੀ ਜਗ੍ਹਾ ਤੇ ਕੁਝ ਕਰ ਦਾਂਗੇ ਠੀਕ ਆ ਤੇ ਹੁਣ ਆਪਣੇ ਕੋਲੇ ਓਲਡਰ ਪੀਪਲ ਆ ਇਹਦੀ ਜਗ੍ਹਾ ਤੇ ਆਪਾਂ ਕੁਝ ਕਰ ਦਾਂਗੇ ਠੀਕ ਆ ਤਾਂ ਆਪਣੇ ਕੋਲ ਹੈਗਾ ਕਿ ਐਕਸਰਸਾਈਜ਼ ਰੈਗੂਲਰੀ ਇਹਨੂੰ ਆਪਾਂ ਜੇ ਕੁਸਚਨ ਚੇਂਜ ਕਰ ਸਕਦੇ ਹੋਏ ਤਾਂ ਕਰ ਦਵਾਂਗੇ ਵਰਡ ਜਿਹੜੀ ਆਪਾਂ ਚੇਂਜ ਕਰਨੀ ਹੈਗਾ ਤੇ ਹੁਣ ਸੈਂਟੈਂਸ ਕੀ ਆ ਦੇਖੋ ਫਰਸਟ ਕੀ ਆਪਾਂ ਕਰਾਂਗੇ ਪੈਸਿਵ ਫਾਰਮ ਦੇ ਵਿੱਚ ਬਣਾਵਾਂਗੇ ਸਟਾਰਟਿੰਗ ਕਰਨਾ ਕਰਾਂਗੇ ਇੰਟਰੋ ਦੀ ਪੈਸਿਵ ਫਾਰਮ ਨਾਲ ਜੇ ਤੁਸੀਂ ਪੈਸਿਵ ਮਤਲਬ ਕਿ ਸਟਾਰਟਿੰਗ ਦੇ ਵਿੱਚ ਹੀ ਪਾ ਲਿਆ ਨਾ ਤੇ ਇਹ ਬਹੁਤ ਵਧੀਆ ਇੰਪੈਕਟ ਪਾਊਗਾ ਠੀਕ ਆ ਤਾਂ ਹੁਣ ਗੱਲ ਕਰਦੇ ਆ ਦੇਖੋ ਐਲਡਰੀ 올ਡਰ ਦੀ ਜਗ੍ਹਾ ਹੀ ਕਰ ਦਿੱਤਾ ਐਲਡਰੀ ਪੀਪਲ ਆਰ ਰეკਮੈਂਡਡ ਬਾਈ ਹੈਲਥ ਐਕਸਪਰਟਸ ਹੈਲਥ ਐਕਸਪਰਟਸ ਕੌਣ ਹੁੰਦੀ ਹੈ ਡਾਕਟਰਸ ਠੀਕ ਆ ਕਿ ਰეკਮੈਂਡ ਬਾਈ ਹੈਲਥ ਐਕਸਪਰਟਸ ਟੂ ਹੈਵ ਆ ਰੈਗੂਲਰ ਐਕਸਰਸਾਈਜ਼ ਪਲਾਨ ਠੀਕ ਆ ਕਾਦੇ ਲਈ ਕਿ ਉਹਨਾਂ ਨੂੰ ਕਿ ਇੱਕ ਰੈਗੂਲਰ ਐਕਸਰਸਾਈਜ਼ ਪਲਾਨ ਜਿਹੜਾ ਹੋਣਾ ਚਾਹੀਦਾ ਵਾ ਤਾਂ ਦੇਖੋ ਇਹ ਹੋ ਗਿਆ ਸੈਂਟੈਂਸ ਆਪਣਾ ਪੈਸਿਵ ਫਾਰਮ ਦੇ ਵਿੱਚ ਠੀਕ ਆ ਥਰਡ ਫਾਰਮ ਲਗਾ ਦਿੱਤੀ ਆਪਾਂ ਤਾਂ ਆਪਣੀ ਹੈਲਪਿੰਗ ਵਰਬ ਲੱਗੀ ਦੈਟਸ ਵਾਈ ਜਿਹੜਾ ਕੀ ਹੋਇਆ ਪੈਸਿਵ ਫਾਰਮ ਹੋ ਗਈ ਆਪਣੀ ਠੀਕ ਆ ਤਾਂ ਉਸ ਤੋਂ ਬਾਅਦ ਆਪਾਂ ਕੀ ਗੱਲ ਹੁਣ ਆਪਾਂ ਲਿਖਣ ਲੱਗੇ ਆ ਕਿ ਜਿਹੜੇ ਆ ਬਟ ਮੋਸਟ ਪੇਸ਼ੈਂਟ ਡੂ ਨਾਟ ਫਾਲੋ ਐਨ ਐਕਸਰਸਾਈਜ਼ ਪਰ ਜਿਹੜੇ ਹੈਗੇ ਆ ਕਾਫੀ ਉਹਨਾਂ ਕੋਲੇ ਹੈ ਨਹੀਂ ਗੇ ਇਦਾਂ ਦਾ ਕੋਈ ਰੁਟੀਨ ਹੁਣ ਆਪਾਂ ਲਿਖ ਲਈ ਬਟ ਮੋਸਟ ਆਫ ਥੈਮ ਡੂ ਨਾਟ ਹੈਵ ਐਨੀ ਰੁਟੀਨ ਠੀਕ ਆ ਬਟ ਮੋਸਟ ਆਫ ਥੈਮ ਕੀ ਆ ਉਹਨਾਂ ਕੋਲੇ ਕੋਈ ਦੰ ਦਾ ਰੁਟੀਨ ਨਹੀਂ ਹੈਗਾ ਠੀਕ ਆ ਕੋਈ ਵੀ ਰੁਟੀਨ ਹੁਣ ਇਹ ਹੋ ਗਿਆ ਆਪਣਾ ਪੈਸਿਵ ਤੇ ਐਡ ਕਰ ਦਿੱਤਾ ਆਪਾਂ ਠੀਕ ਹੈ ਇੱਕ ਲਾਈਨ ਦੇ ਵਿੱਚ ਹੁਣ ਆਪਾਂ ਕੀ ਕਰ ਰਹੇ ਹੈਗੇ ਆ ਕੰਪਲੈਕਸ ਐਡ ਕਰ ਰਹੇ ਆ ਕੰਪਲੈਕਸ ਸੈਂਟੈਂਸ ਕਿਦਾਂ ਐਡ ਕਰਨਾ ਦੇਖੋ ਆਲਦੋ ਯੈਟ ਵਾਲਾ ਇੱਕ ਕੰਪਲ although ਦੇ ਨਾਲ ਕੀ ਹੁੰਦਾਗਾ ਹਮੇਸ਼ਾ ਯੈਟ ਲੱਗਦਾ ਠੀਕ ਆ ਅਦਵਾਈ ਤੁਸੀਂ ਕੋਮਾ ਵੀ ਯੂਜ਼ ਕਰ ਸਕਦੇ ਆ ਬਟ ਤੁਸੀਂ ਜਦੋਂ ஆல்ਦੋ ਵਾਲਾ ਯੈਟ ਵਾਲਾ ਸੈਂਟੈਂਸ ਯੂਜ਼ ਕੀਤਾ ਉਦੋਂ ਤੁਸੀਂ ਬਟ ਨਹੀਂ ਯੂਜ਼ ਕਰਨਾ ਠੀਕ ਆ ਤਾਂ ਆਪਾਂ ਕੀ ਕਰ ਲੱਗੇਗੇ ஆல்ਦੋ देयर आर ਨੰਬਰਸ ਆਫ ਕਾਸਟਿਵ ਫੈਕਟਰਸ ਕੰਟ੍ਰਿਬਿਊਟ ਟੂ ਥਿਸ ਨਿਊ ਫੀਨੋਮਾ ਠੀਕ ਆ ਤਾਂ ਦੇਖੋ ਆਪਣਾ ਮਤਲਬ ਫਾਲੋ ਐਨ ਐਕਸਰਸਾਈਜ਼ ਰੂਟੀਨ ਤੱਕ ਆਪਾਂ ਜਿਹੜੀ ਰੀਫਰੇਸ ਕਰਨੀ ਸੀ ਨਾ ਬਾਅਦੋਂ ਤਾਂ ਆਪਣੇ ਉਹਨਾਂ ਨੇ ਕੁਐਸਚਨ ਕੀਤਾ ਵਾਈ ਡੂ ਯੂ ਥਿੰਕ ਹੈਪਨ ਹੈਨਾ ਤਾਂ ਉਹ ਆਪਾਂ ਕੀ ਕਰਨਾ ਹੁੰਦਾ ਥੀਸਿਸ ਲਾਈਨ ਦੇ ਵਿੱਚ ਕਨਵਰਟ ਕਰ ਦੇਣਾ ਹੁੰਦਾ ਕਿ ਹੁਣ ਥੀਸਿਸ ਲਾਈਨ ਦੇ ਰਹੇ ਆਪਾਂ ਕਿ ਆਲਥੋ देयर ਆ ਨੰਬਰ ਆਫ ਕਾਉਸਟਿਵ ਫੈਕਟਰਸ ਠੀਕ ਹੈ ਤੇ ਭਾਵੇਂ ਜਿਹੜੇ ਕਿ ਕਾਫੀ ਫੈਕਟਰਸ ਹੈਗੇ ਆ ਕੰਟ੍ਰਿਬਿਊਟ ਟੂ ਦਿਸ ਨਿਊ ਫੈਨੋਮਾ ਠੀਕ ਹੈ ਤੇ ਜਿਹੜੇ ਕਿ ਇਸ ਟ੍ਰੈਂਡ ਨੂੰ ਕੀ ਕਰਦੇ ਆ ਕੰਟ੍ਰਿਬਿਊਟ ਕਰਦੇ ਆ ਇਸ ਟ੍ਰੈਂਡ ਦੇ ਲਈ ਯੈਟ ਸਰਟਨ ਮੈਜਰਸ ਕੈਨ ਬੀ ਟੇਕਨ ਟੂ ਇਨ ਆ ਗਿਆ ਭਾਵੇਂ ਜਿਹੜੇ ਕਾਫੀ ਰੀਜਨਸ ਹੈਗੇ ਆ ਫੈਕਟਰਸ ਹੈਗੇ ਆ ਇਹਦੇ ਮਗਰ ਬਟ ਫਿਰ ਵੀ ਕੀ ਹੈਗਾਗਾ ਜਣੀ ਕਿ ਕੁਝ ਮੈਜਿਸ ਹੈਗੇ ਆ ਜੋ ਲੈੇ ਜਾ ਸਕਦੇ ਹੈਗੇ ਆ ਇਨਕਰਜ ਕਰਨ ਲਈ ਲੋਕਾਂ ਨੂੰ ਠੀਕ ਹੋ ਗਿਆ ਆਪਣਾ ਜਿਹੜਾ ਰੀਫਰੇਸ ਪਲੱਸ ਥੀਸਿਸ ਲਾਈਨ ਉਸ ਤੋਂ ਬਾਅਦ ਆਪਾਂ ਕੀ ਚੱਲਦੇ ਹੈਗੇ ਆ ਬੀਪੀ 1 ਤੇ ਠੀਕ ਆ ਤਾਂ ਬੀਪੀ 1 ਦੇ ਲਈ ਆਪਣੇ ਕੋਲ ਕੀ ਹੈਗਾ ਬੇਸਿਕ ਲਾਈਨ ਟਾਸਕ ਸਟੇਟਮੈਂਟ ਠੀਕ ਆ ਉਸ ਤੋਂ ਬਾਅਦ ਆਪਣੀ ਐਕਸਪਲੇਨੇਸ਼ਨ ਆ ਜਾਊਗੀ ਐਗਜ਼ਾਮਪਲ ਆ ਜਾਊਗਾ ਐਟ ਦਾ ਐਂਡ ਰਿਜ਼ਲਟ ਆ ਜਾਊਗਾ ਠੀਕ ਆ ਤੇ ਕਨੈਕਟਰ ਹਰ ਇੱਕ ਦੇ ਲਈ ਡਿਫਰੈਂਟ ਹੋਊਗਾ ਠੀਕ ਆ ਲਾਈਕ ਕੀ ਕਰਨਾ ਤੁਸੀਂ ਜਦੋਂ ਆਪਾਂ ਬੇਸਿਕ ਲਾਈਨ ਦਿੱਤੀ ਉਹਦੇ ਲਈ ਵੀ ਇੱਕ ਕਨੈਕਟਰ ਟਾਸਕ ਸਟੇਟਮੈਂਟ ਦਿੱਤੀ ਉਸ ਦੇ ਲਈ ਵੀ ਕਨੈਕਟਰ ਐਲੈਬੋਰੇਟ ਕੀਤਾ ਉਦੋਂ ਵੀ ਕਨੈਕਟਰ ਠੀਕ ਆ ਤਾਂ ਐਗਜ਼ਾਮਪਲ ਦੇਣੀ ਆ ਫਿਰ ਕਨੈਕਟਰ ਦੀ ਹੈਲਪ ਦੇਣਾ ਤੇ ਰਿਜ਼ਲਟ ਦੇਣਾ ਕਨੈਕਟਰ ਠੀਕ ਆ ਤਾਂ ਇਸ ਤਰੀਕੇ ਨਾਲ ਜੇ ਇੱਕ ਹੋਰ ਗੱਲ ਜਿਹੜੇ ਕਨੈਕਟਰ ਤੁਸੀਂ BP1 ਦੇ ਵਿੱਚ ਮਤਲਬ ਲਿਖ ਲਏ ਉਹ ਤੁਸੀਂ BP2 'ਚ ਨਹੀਂ ਰਿਪੀਟ ਕਰਨੇ ਠੀਕ ਆ ਮਤਲਬ ਦੇਖੋ ਜੇ ਆਪਾਂ ਕੋਈ ਦੋ ਲਿਖਣੇ ਹੋਣ ਹੁਣ ਆਪਾਂ BP1 ਐਂਡ BP2 ਕੀ ਆਪਾਂ BP1 ਤੇ BP2 ਦੇ ਵਿੱਚ ਸੇਮ ਗੱਲ ਲਿਖਦੇ ਹੁਨੇ ਨਹੀਂ ਨਾ ਆਪਣੀ ਟਾਸਕ ਸਟੇਟਮੈਂਟ ਚੇਂਜ ਹੁੰਦੀ ਐ ਇਸੇ ਤਰ੍ਹਾਂ ਕਨੈਕਟਰ ਵੀ ਚੇਂਜ ਹੋਣਗੇ ਠੀਕ ਆ ਹੁਣ ਆਪਾਂ ਕਰਦੇ ਆ ਸ To begin with... there are ample of reasons why older people do not consider exercise to be their daily routine eh hogi basic line theeka aapak hi keha there are ample ample matlab honda many theeka kafi jyada jehde kafi reasons aa why older hun why jehde apna sentence vich add kita oda ki matlab question form add karde theet matlab sentence variation add kar rahe ha passive vi kar deta complex vi kar deta then aapak hi jehde question form vi add kar deti ha older people aap likhta ke why kyun ਦੇ ਔਰਡਰ ਪੀਪਲ ਹੈਗੇ ਕਨਸੀਡਰ ਨਹੀਂ ਕਰਦੇ ਇੱਕ ਐਕਸਰਸਾਈਜ਼ ਪਲਾਨ ਨੂੰ ਉਹਨਾਂ ਦੀ ਡੇਲੀ ਲਾਈਫ ਦੇ ਵਿੱਚ ਠੀਕ ਹੈ ਡੇਲੀ ਰੁਟੀਨ ਚ ਇਹ ਹੋ ਗਈ ਬੇਸਿਕ ਲਾਈਨ ਮਤਲਬ ਹੁਣ ਆਪਾਂ ਤੁਸੀਂ ਰੀਜ਼ਨ ਦੱਸੋਗੇ ਠੀਕ ਆ ਫਰਸਟ ਐਂਡ ਫਾਰਮੋਸ ਠੀਕ ਆ ਤਾਂ ਆਪਾਂ ਨੈਕਸਟ ਲਾਈਨ ਚ ਕੀ ਲਿਖਤਾ ਫਰਸਟ ਐਂਡ ਫਾਰਮੋਸ ਮਤਲਬ ਕਨੈਕਟਰ ਯੂਜ਼ ਕੀਤਾ ਟਾਸਕ ਸਟੇਟਮੈਂਟ ਦੇਣ ਦੇ ਲਈ ਠੀਕ ਆ ਇਜ਼ ਮਾਡਰਨ ਲਾਈਫਸਟਾਈਲ ਤਾਂ ਫਰਸਟ ਐਂਡ ਫਾਰਮੋਸ ਕੀ ਆ ਮਾਡਰਨ ਲਾਈਫਸਟਾਈਲ ਵਿਚ ਇਜ਼ ਫਾਲਵਰਡ ਬਾਈ ਪੀਪਲ ਇਨ ਥਿਸ technical error ਠੀਕ ਹੈ ਜਿਹੜਾ ਕਿ ਆ ਫਾਲੋ ਕੀਤਾ ਜਾਂਦਾ ਲੋਕਾਂ ਦੇ ਦੁਆਰਾ ਇਨ টেকਨਿਕਲ 에ਰਾ ਦੇ ਵਿੱਚ ਠੀਕ ਹੈ ਇਸ 에ਰਾ ਦੇ ਵਿੱਚ ਤਾਂ ਆਪਾਂ ਜਿਹੜਾ ਫਾਰਵਰਡ ਬਾਈ ਲਿਖਿਆ ਇਹ ਵੀ ਆਪਣੀ ਇੱਕ ਪੈਸਿਵ ਫਾਰਮ ਹੋ ਗਈ ਠੀਕ ਹੈ ਦਾ ਪੈਸਿਵ ਸੈਂਟੈਂਸ ਇੱਥੇ ਪਿਆਰ ਕਰ ਦਿੱਤਾ ਟੂ ਐਲੈਬੋਰੇਟ ਹੁਣ ਆਪਣਾ ਕੀ ਹੋ ਗਿਆ ਐਕਸਪਲੇਨੇਸ਼ਨ ਕਰਨੀ ਹੈਗੀ ਆ ਤਾਂ ਉਹਦੇ ਲਈ ਆਪਾਂ ਕੀ ਕਰਦੇ ਤਾਂ ਕਿ ਟੂ ਐਲੈਬੋਰੇਟ ਮਤਲਬ ਕਿ ਇਹਨੂੰ ਮੈਂ ਐਲੈਬੋਰੇਟ ਕਰਨ ਜਾ ਰਿਹਾ ਤਾਂ ਐਗਜ਼ਾਮੀਨਰ ਨੂੰ ਇਮੀਡੀਏਟਲੀ ਪਤਾ ਚੱਲ ਜਾਏਗਾ ਕਿ ਇਸੇ ਨੂੰ ਹੀ ਟਾਸਕ ਸਟੇਟਮੈਂਟ ਨੂੰ ਹੀ ਉਹ ਕੀ ਬੱਚਾ ਕੀ ਕਰ ਰਿਹਾ ਐਲੈਬੋਰੇਟ ਕਰ ਰਿਹਾ ਠੀਕ ਆ ਨਾਊਅਡੇਸ ਇੰਡੀਵਿਜੂਅਲ ਹੈਵ ਸ਼ਾਰਟੇਜ ਆਫ ਟਾਈਮ ਠੀਕ ਆ ਕਿ ਅੱਜ ਕੱਲ ਕੀ ਹੈਗਾ ਲੋਕਾਂ ਕੋਲੇ ਜਿਹੜਾ ਟਾਈਮ ਆ ਉਹ ਬਹੁਤ ਜ਼ਿਆਦਾ ਮਤਲਬ ਕਿ ਸ਼ਾਰਟੇਜ ਚੱਲ ਰਹੀ ਹੈ ਉਹਨਾਂ ਕੋਲ ਟਾਈਮ ਠੀਕ ਆ ਡਿਊ ਟੂ ਡਿਊ ਟੂ ਦਾ ਉੱਥੇ ਯੂਜ਼ ਹੁੰਦਾ ਇਹ ਵੀ ਇੱਕ ਸੈਂਟੈਂਸ ਟਾਈਪ ਹੀ ਕਹਿ ਲੋ ਕਿ ਜਦੋਂ ਤੁਸੀਂ ਇੱਕ ਰੀਜ਼ਨ ਦੱਸਣਾ ਹੋਵੇ ਠੀਕ ਆ ਐਡਵਾਂਸ ਟੈਕਨੋਲੋਜੀ ਠੀਕ ਆ ਕਾਦੇ ਕਰਕੇ ਐਡਵਾਂਸ ਟੈਕਨੋਲੋਜੀ ਦੇ ਕਰਕੇ ਆ ਫੋਰ ਅਦਰ ਬੈਨੀਫੀਸ਼ੀਅਲ ਐਕਟੀਵਿਟੀਆਂ ਸੌਰੀ ਆਪਣਾ ਜਿਹੜਾ ਇੱਥੇ ਸੀਗਾ ਠੀਕ ਆ ਡਿਊ ਟੂ ਐਡਵਾਂਸ ਟੈਕਨੋਲੋਜੀ ਥੈਟ ਇਜ਼ ਵਾਈ ਠੀਕ ਆ ਤਾਂ ਆਪਾਂ ਕੀ ਫਿਰ ਕੁਐਸਚਨ ਫਾਰਮ ਐਡ ਕੀਤੀ ਐਡਵਾਂਸ ਟੈਕਨੋਲੋਜੀ ਤੋਂ ਬਾਅਦ ਮੈਂ ਨੀਚੇ ਵਾਲੀ ਲਾਈਨ ਪੜ੍ਹ ਲਈ ਸੀ ਟੈਕਨੋਲੋਜੀ ਥੈਟ ਇਜ਼ ਵਾਈ 올ਡਰ ਪੀਪਲ ਆਰ ਨਾਟ ਏਬਲ ਟੂ ਮੇਨਟੇਨ देयर ਟਾਈਮ ਠੀਕ ਆ ਕਿ ਕਾਦੇ ਕਰਕੇ ਜਿਹੜੇ 올ਡਰ ਪੀਪਲ ਹੈਗੇ ਆ ਉਹ ਆਪਣਾ ਟਾਈਮ ਮੇਨਟੇਨ ਨਹੀਂ ਕਰ ਪਾਉਂਦੇ ਫੋਰ ਅਦਰ ਬੈਨੀਫੀਸ਼ੀਅਲ ਐਕਟੀਵਿਟੀਜ਼ ਐਡਵਾਂਸ ਟੈਕਨੋਲੋਜੀ ਹੈ ਦੇਖੋ ਪਹਿਲਾਂ ਤੁਸੀਂ ਟਾਸਕ ਸਟੇਟਮੈਂਟ ਦੇ ਵਿੱਚ ਦੱਸਤਾ ਕਿ ਉਹਨਾਂ ਦਾ ਮਾਡਰਨ ਲਾਈਫ ਸਟਾਈਲ ਆ ਉਹ ਮਾਡਰਨ ਲਾਈਫ ਸਟਾਈਲ ਕਿਹੜੀ ਗੱਲ ਨੂੰ ਹੈਗਾਗਾ ਆਪਾਂ ਟੈਕਨੀਕਲ ਐਰਾ ਮੈਂਸ਼ਨ ਕੀਤਾ ਸੀਗਾ ਨਾ ਮਤਲਬ ਟੈਕਨੋਲੋਜੀ ਦੇ ਆਪਾਂ ਜਿਹੜਾ ਪੁਆਇੰਟ ਦੇਣ ਜਾ ਹੈ ਗਿਆ ਫਿਰ ਆਪਾਂ ਦੱਸਤਾ ਕਿ ਟੈਕਨੋਲੋਜੀ ਇਨੀ ਐਡਵਾਂਸ ਹੋ ਚੁੱਕੀ ਹੈ ਕਿ ਜਿਹੜੇ ਲੋਕ ਆਪਣਾ ਮੇਨਟੇਨ ਹੀ ਕਰ ਪਾਉਂਦੇ ਟਾਈਮ ਠੀਕ ਆ ਉਸ ਤੋਂ ਬਾਅਦ ਆਪਾਂ ਲਿਖਤਾ ਕਿ ਅੱਜ ਜਿਹੜੀਆਂ ਮਤਲਬ ਕਿ ਹੋਰ ਐਕਟੀਵਿਟੀਜ਼ ਦੇ ਲਈ ਉਹਨਾਂ ਕੋਲ ਟਾਈਮ ਨਹੀਂ ਹੈਗਾਗਾ ਹੁਣ ਆਪਾਂ ਕੀ ਕਰਨਾ ਹੈਗਾ ਐਗਜ਼ਾਮਪਲ ਦੇਣੀ ਹੈ ਮਤਲਬ ਕੋਈ ਸਰਵੇ ਔਰ ਕੋਈ ਸਟੱਡੀ ਠੀਕ ਆ ਤੁਸੀਂ ਕੋਈ ਵੀ ਐਡ ਕਰ ਸਕਦੇ ਆ ਫੋਰ ਇਨਸਟੈਂਸ ਠੀਕ ਆ ਤਾਂ ਆਪਾਂ ਕੀ ਕਰਨ ਜਾ ਰਹੇ ਆ ਫੋਰ ਇਨਸਟਾਂਸ ਇੱਕ ਕਨੈਕਟਰ ਹੈ ਦੈਨ ਕਾਮਾ ਯੂਜ਼ ਕੀਤਾ ਉਸ ਤੋਂ ਬਾਅਦ ਆਪਾਂ ਕੀ ਕਰਨਾ ਅਕੋਰਡਿੰਗ ਟੂ ਅ ਸਰਵੇ ਠੀਕ ਆ ਇੱਕ ਸਰਵੇ ਦੇ ਅਕੋਰਡਿੰਗ ਕੰਡਕਟਡ ਬਾਈ BBC ਨਿਊਜ਼ ਚੈਨਲ ਠੀਕ ਆ ਇੱਕ ਨਿਊਜ਼ ਚੈਨਲ ਦੁਆਰਾ ਜਿਹੜਾ ਫਾਊਂਡ ਕੀਤਾ ਗਿਆ ਕੰਡਕਟ ਕੀਤਾ ਗਿਆ ਇੱਕ ਸਰਵੇ ਸੀਗਾ ਪੈਸਿਵ ਫਾਰਮ ਚ ਹੋਊਗੀ ਨਾ ਆਪਣਾ ਕੰਡਕਟਡ ਬਾਈ BBC ਨਿਊਜ਼ ਚੈਨਲ ਤਾਂ ਆਪਣੀ ਜਿਹੜੀ ਐਗਜ਼ਾਮਪਲ ਵੀ ਪੈਸਿਵ ਚ ਹੋਊਗੀ ਫਾਊਂਡ ਥੈਟ 50% ਪੀਪਲ ਗਿਵ ਫਰਸਟ ਪ੍ਰੀਫਰੈਂਸ ਟੂ देयर ਜੌਬਸ ਇਨਸਟੈਡ ਆਫ ਐਨੀ ਰੈਗੂਲਰ ਪਲਾਨਸ ਠੀਕ ਆ ਕਿ ਜਿਹੜੇ 50% ਲੋਕ ਕੀ ਉਹ ਆਪਣੀ ਪ੍ਰੀਫਰੈਂਸ ਕਿਨੂੰ ਦਿੰਦੇ ਹੈਗੇ ਜੌਬਸ ਨੂੰ ਇਨਸਟੈਡ ਆਫ ਐਨੀ ਰੈਗੂਲਰ ਪਲਾਨ ਠੀਕ ਆ ਕੋਈ ਉਹ ਆਪਣਾ ਜਿਹੜਾ ਰੈਗੂਲਰ ਪਲਾਨ ਰੱਖ ਲੈਣਾ ਵੀ ਮੈਂ ਜਿੱਦਾਂ ਹੁਣ ਕਿ ਐਕਸਰਸਾਈਜ਼ ਡੇਲੀ ਕਰਨੀ ਆ ਉਹ ਉਸ ਚੀਜ਼ ਨੂੰ ਪ੍ਰੀਫਰੈਂਸ ਨਹੀਂ ਦਿੰਦੇ 50% ਲੋਕ ਕਿਨੂੰ ਦਿੰਦੀ ਆਪਣੀ ਜੌਬਸ ਨੂੰ ਆਪਣੇ ਵਰਕ ਨੂੰ ਦਿੰਦੇ ਹੈਗੇ ਠੀਕ ਆ ਤਾਂ ਜਿਹੜਾ ਆਪਣੇ ਕੋਲੇ ਇਨਸਟੈਡ ਆਫ ਹੈਗਾ ਠੀਕ ਆ ਇੱਥੇ ਯੂਜ਼ ਕੀਤਾ ਆਪਾਂ ਜੌਬਸ ਇਨਸਟੈਡ ਆਫ ਐਨੀ ਠੀਕ ਆ ਤਾਂ ਇਹ ਆਪਣੇ ਕੋਲੇ ਇੱਕ ਕੰਪਲੈਕਸ ਟਾਈਪ ਆ ਇਹਦਾ ਮਤਲਬ ਹੁੰਦਾ ਹੈਗਾ ਬਾਜਾਇ ਠੀਕ ਆ ਐਜ਼ ਅ ਰਿਜ਼ਲਟ ਹੁਣ ਆਪ ਮਾਡਰਨ ਲਾਈਫਸਟਾਈਲ ਲੀਡਸ ਟੂ ਅ ਲਾਈਫ विदाउट ਐਨ ਐਕਸਰਸਾਈਜ਼ ਪਲਾਨ ਠੀਕ ਹੈ ਜਿਹੜਾ ਮਾਡਰਨ ਲਾਈਫਸਟਾਈਲ ਉਹ ਕਿਹੜੀ ਲਾਈਫ ਨੂੰ ਕਮ ਲੀਡ ਕਰਦਾ ਹੈਗਾ ਵਿਦਾਊਟ ਕੋਈ ਵੀ ਪਲਾਨ ਐਕਸਰਸਾਈਜ਼ ਪਲਾਨ ਦੇ ਠੀਕ ਹੈ ਇਹ ਹੋ ਗਿਆ ਬੀਪੀ 1 ਹੁਣ ਆਪਾਂ ਬੀਪੀ 2 ਦੇ ਵਿੱਚ ਸੇਮ ਫੇਰ ਠੀਕ ਹੈ ਬੇਸਿਕ ਲਾਈਨ ਟਾਸਕ ਸਟੇਟਮੈਂਟ ਦੈਨ ਐਲੈਬੋਰੇਸ਼ਨ ਦੈਨ ਆਪਾਂ ਕੀ ਕਰਨਾ ਹੈਗਾ ਐਗਜ਼ਾਮਪਲ ਐਡ ਕਰਨਾ ਹੈ ਫਿਰ ਰਿਜ਼ਲਟ ਐਡ ਕਰਨਾ ਠੀਕ ਹੈ ਹੁਣ ਆਪਾਂ ਕੀ ਕਰ ਰਹੇ ਹਾਂ ਪਹਿਲਾ ਬੇਸਿਕ ਲਾਈਨ ਦਿੰਨੇ ਆ ਸ਼ਿਫਟਿੰਗ ਟੂਵਰਡਸ ਦਾ ਸੋਲੂਸ਼ਨ ਆਫ ਥਿਸ ਪ੍ਰੋਬਲਮ ਠੀਕ ਆ ਕਿ ਆਪਾਂ ਜਿਹੜਾ ਸੋਲੂਸ਼ਨ ਦੇ ਰਹੇ ਆ ਗਵਰਨਮੈਂਟ ਹੈਜ਼ ਸੀਵਰਲ ਆਪਸ਼ਨ ਇਨ ਆਰਡਰ ਟੂ ਸੋਲਵ ਥਿਸ ਪ੍ਰੋਬਲਮ ਬੇਸਿਕ ਲਾਈਨ ਦਿੱਤੀ ਆ ਕਿ ਪਹਿਲਾਂ ਤਾਂ ਆਪਾਂ ਇਹ ਦੱਸਤਾ ਕਿ ਸ਼ਿਫਟਿੰਗ ਟੂਵਰਡਸ ਦਾ ਅਦਰ ਸੋਲੂਸ਼ਨ ਆਫ ਥਿਸ ਪ੍ਰੋਬਲਮ ਵੀ ਮਤਲਬ ਪਤਾ ਲੱਗ ਗਿਆ ਐਗਜ਼ਾਮੀਨਰ ਨੂੰ ਕਿ ਜਿਹੜਾ ਪਹਿਲਾਂ ਬੀਪੀਜੀ ਤਾਂ ਸੀ ਉਹ ਰੀਜ਼ਨ ਦੱਸਿਆ ਸੀਗਾ ਕਿਉਂਕਿ ਆਪਾਂ ਦੱਸਿਆ ਸੀ ਕਿ ਥੇਰ ਆਰ ਐਮਪਰ ਰੀਜ਼ਨਸ ਠੀਕ ਆ ਤਾਂ ਹੁਣ ਜਦੋਂ ਸੋਲੂਸ਼ਨ ਕਰਨ ਜਾ ਰਹੇ ਆ ਆਪਾਂ ਦੱਸਤਾ ਕਿ ਸ਼ ਫਿਰ ਬੇਸਿਕ ਲਾਈਨ ਦੇ ਵਿੱਚ ਤੁਸੀਂ ਇਹ ਦੱਸ ਦਿੱਤਾ ਕਿ گورਨਮੈਂਟ ਹੈਸ ਸੀਵਰਲ ਆਪਸ਼ਨ ਇਨ ਆਰਡਰ ਟੂ ਇਨ ਆਰਡਰ ਟੂ ਕਿ ਕੰਪਲੈਕਸ ਟਾਈਪ ਆ ਟਿਕਾ ਤਾਂ ਇਹ ਵੀ ਜਿਹੜਾ ਆਪਾਂ ਮਤਲਬ ਕਿ ਕੰਪਲੈਕਸ ਸੈਂਟੈਂਸ ਯੂਜ਼ ਕਰ ਰਹੇ ਹਾਂ گورਨਮੈਂਟ ਹੈਸ ਸੀਵਰਲ ਆਪਸ਼ਨ ਇਨ ਆਰਡਰ ਟੂ ਸੋਲਵ ਥਿਸ ਪ੍ਰੋਬਲਮ ਠੀਕ ਆ ਤਾਂ ਉਦੋਂ ਬਾਅਦ ਕੀ ਆ ਆਪਣੇ ਕੋਲੇ ਜਿਹੜੀ ਟਾਸਕ ਸਟੇਟਮੈਂਟ ਆ ਗਈ ਫਰਸਟਲੀ ਦੇ ਸ਼ੁੱਡ ਆਰਗੇਨਾਈਜ਼ ਫਿਟਨੈਸ ਪ੍ਰੋਗਰਾਮ ਟੂ ਇਨਕਰਜ ਪੀਪਲ ਟੁਵਰਡਸ ਐਕਸਰਸਾਈਜ਼ਿੰਗ ਠੀਕ ਆ ਕਿ ਪਹਿਲਾਂ ਕੀ ਚਾਹੀਦਾ گورਨਮੈਂਟ ਨੂੰ ਚਾਹੀਦਾ ਹੈਗਾ ਕਿ ਉਹ ਆਰਗੇਨਾਈਜ਼ ਕਰੇ ਫਿਟਨ ਆਰਗੇਨਾਈਜ਼ ਕਰੇ ਜਿਹੜੇ ਕਿ ਇਨਕਰਜ ਕਰਨ ਲੋਕਾਂ ਨੂੰ ਠੀਕ ਹੈ ਐਕਸਰਸਾਈਜ਼ ਦੇ ਟੂਵਰਡਸ ਠੀਕ ਹੈ ਉਸ ਤੋਂ ਬਾਅਦ ਕੀ ਹੈ ਟੂ ਐਕਸਪਲੇਨ ਇਟ ਇਹਨੂੰ ਐਕਸਪਲੇਨ ਕਰਨ ਜਾ ਰਹੇ ਹਾਂ ਪਹਿਲਾਂ ਲੈਬੋਰੇਟ ਲਿਖਿਆ ਸੀ ਹੁਣ ਐਕਸਪਲੇਨ ਲਿਖ ਰਿਹਾ ਠੀਕ ਆ ਫ੍ਰੀ ਫੈਸਿਲਿਟੀ ਆਫ ਫਿਟਨੈਸ ਪ੍ਰੋਗਰਾਮ ਫੋਰਸ ਪੀਪਲ ਟੂ ਜੁਆਇਨ ðiਸ ਪ੍ਰੋਗਰਾਮਸ ਐਂਡ ਆਲਸੋ ਦੇ ਬਿਕਮ ਅਵੇਅਰ ਅਬਾਊਟ ਬੈਨੀਫਿਟਸ ਆਫ ਐਕਸਰਸਾਈਜ਼ਿੰਗ ਠੀਕ ਆ ਐਲੈਬੋਰੇਸ਼ਨ ਦੇ ਵਿੱਚ ਕੀ ਦੱਸ ਸਕਦੇ ਜਦੋਂ ਗਵਰਨਮੈਂਟ ਇਦਾਂ ਦੀਆਂ ਫੈਸਿਲਿਟੀਆਂ ਫ੍ਰੀ ਦੇਊਗੀ ਤਾਂ ਉਹ ਜਿਹੜਾ ਮਤਲਬ ਕਿ ਇਦਾਂ ਹੁੰਦਾ ਨਾ ਜਦੋਂ ਕੋਈ ਫ੍ਰੀ ਦੀ ਚੀਜ਼ ਮਤਲਬ ਫ੍ਰੀ ਫੈਸਿਲਿਟੀ ਕੋਈ ਮਿਲਦੀ ਹੋਵੇ ਨਾ ਤਾਂ ਲੋਕੀ ਜ਼ਿਆ ਲੋਕ ਜਿਹੜਾ ਫੋਰਸ ਆਪਦੇ ਆਪ ਨੂੰ ਫੋਰਸ ਕਰਨਗੇ ਹਨਾ ਵੀ ਹਾਂ ਆਪਾਂ ਜੁਆਇਨ ਕਰੀਏ ਤੇ ਆਲਸੋ ਕੀ ਹੋਊਗਾ ਕਿ ਉਹ ਮਤਲਬ ਕਿ ਅਵੇਅਰ ਹੋ ਜਾਣਗੇ ਕਿ ਵੀ ਬੈਨੀਫਿਟ ਜੇ ਤੋ ਹੁਣ ਉਹਨਾਂ ਨੂੰ ਮਤਲਬ ਕਿ ਫਿਟਨੈਸ ਪ੍ਰੋਗਰਾਮ ਦੇ ਉਹਨਾਂ ਨੂੰ ਪਤਾ ਚੱਲੇਗਾ ਉੱਥੇ ਜਾ ਕੇ ਹਨਾ ਵੀ ਇਦਾਂ ਇਦਾਂ ਨੇ ਬੈਨੀਫਿਟਸ ਹੈਗੇ ਆ ਤਾਂ ਉਹ ਅਵੇਅਰ ਹੋ ਜਾਣਗੇ ਤੋ ਠੀਕ ਆ ਉਦੋਂ ਬਾਅਦ ਕੀਆ ਫੋਰ ਐਗਜ਼ਾਮਪਲ ਠੀਕ ਹੈ ਐਗਜ਼ਾਮਪਲ ਦੇਣੀ ਹੈ ਸਰਵੇ ਵਾਸ ਕੰਡਕਟਡ ਬਾਏ ਬੀਬੀਸੀ ਨਿਊਜ਼ ਚੈਨਲ ਫਾਊਂਡ ਥੈਟ 30 ਪਰਸੈਂਟ ਸਿਟیز ਆਫ ਇੰਡੀਆ ਠੀਕ ਹੈ ਕਿ ਜਿਹੜੇ ਇੰਡੀਆ ਦੀ ਮਤਲਬ 30 ਪਰਸੈਂਟ ਸਿਟੀਆਂ ਹੈਗੀਆਂ ਉਹ ਕੀ ਆ ਰਨਿੰਗ ਫਿਟਨੈਸ ਪ੍ਰੋਗਰਾਮ ਫਿਟਨੈਸ ਪ੍ਰੋਗਰਾਮ ਰਨ ਕਰਦੀਆਂ ਟੂ ਇਨਕਰਸ ਪੀਪਲ ਟੁਵਰਡ ਐਕਸਰਸਾਈਜ਼ਿੰਗ ਕਾਰੇ ਲਈ ਕੀ ਉਹਨਾਂ ਦਾ ਪਰਪਸ ਆ ਕਿ ਉਹ ਜਿਹੜਾ ਐਕਸਰਸਾਈਜ਼ ਦੇ ਟੁਵਰਡਸ ਜਿਹੜਾ ਪੀਪਲ ਇਨਕਰਜ ਕਰ ਰਹੇ ਠੀਕ ਆ ਤਾਂ ਹੁਣ ਆਪਣੇ ਕੋਲ ਕੀ ਆ ਗਿਆ ਰਿਜ਼ਲਟ ਰਿਜ਼ਲਟ ਲਈ ਕਨੈਕਟਰ ਯੂਜ਼ ਕੀਤਾ ਹੈਂਸ ਠੀਕ ਆ ਇਟ ਊਡ ਬੀ ਬੈਨੀਫੀਸ਼ੀਅਲ ਟੂ ਸੋਲਵ ਥਿਸ ਪ੍ਰੋਬਲਮ ਕਿ ਰਿਜ਼ਲਟ ਕੀ ਆ ਇਹ ਬੈਨੀਫੀਸ਼ੀਅਲੀ ਆਫਕੋਰਸ ਬੈਨੀਫੀਸ਼ੀਅਲ ਆ ਜਿਹੜਾ ਆਪਾਂ ਸੋਲੂਸ਼ਨ ਦੱਸਿਆ ਠੀਕ ਆ ਤਾਂ ਇਹ ਜਿਹੜੀ ਪ੍ਰੋਬਲਮ ਨੂੰ ਉਸ ਤੋਂ ਬਾਅਦ ਕੀ ਆ ਕਨਕਲੂਜਨ ਕਰ ਰਹੇ ਆ ਠੀਕ ਆ ਕਨਕਲੂਜਨ ਲਈ ਆਪਾਂ ਕੀ ਕਰ ਰਹੇ ਹੈਗਾ ਡਿਸਪਾਈਟ ਠੀਕ ਆ ਡਿਸਪਾਈਟ ਵੀ ਇੱਕ ਸੈਂਟੈਂਸ ਟਾਈਪ ਹੈਗੀ ਆਪਣੇ ਕੋਲੇ ਆਪਾਂ ਕਹ ਜਦੋਂ ਕਹਿਣੀ ਹੁੰਦੀ ਵੀ ਇਹ ਚੀਜ਼ ਹੋਣ ਦੇ ਬਾਵਜੂਦ ਵੀ ਐਦਾਂ ਕੁਝ ਹੋ ਸਕਦਾ ਜਿੱਦਾਂ ਹੁਣ ਆਪਾਂ ਕਹਿ ਦਈਏ ਕਿ ਚਾਹੇ ਕੁਝ ਰੀਜ਼ਨ ਹੈਗੇ ਆ ਠੀਕ ਆ ਕਨਕਲੂਜਨ ਦੇ ਵਿੱਚ ਆਪਾਂ ਇਹ ਗੱਲ ਲਿਖਣੀ ਹੈ ਨਾ ਕਿ ਚਾਹੇ ਕੁਝ ਰੀਜ਼ਨ ਹੈਗੇ ਆ ਪਰ ਫਿਰ ਵੀ ਆਪਾਂ ਜਿਹੜਾ ਕੁਝ ਜਿਹੜੇ ਮਤਲਬ ਕਿ ਸਟੈਪਸ ਨਾਲ ਆਪਾਂ ਜਿਹੜੇ ਇਸ ਨੂੰ ਪ੍ਰੋਬਲਮ ਨੂੰ ਕਵਰ ਕਰ ਸਕਦੇ ਆ ਸੋਲਵ ਕਰ ਸਕਦੇ ਆ ਠੀਕ ਆ ਤਾਂ ਉਹਦੇ ਲਈ ਆਪਾਂ ਲਿਖਿਆ ਟੂ ਕਨ ਹੋਣ ਦੀ ਬਜਾਏ ਹੋਣ ਦੇ ਬਾਵਜੂਦ ਵੀ بیہائنڈ دس پرابلم ਠੀਕ ਹੈ ਇਸ پرابلم ਦੇ ਪਿੱਛੇ ਸੋਲੂਸ਼ਨਸ ਆਰ ਅਵੇਲੇਬਲ ਟੂ ਮੋਟੀਵੇਟ ਠੀਕ ਹੈ ਜਦੋਂ ਤੁਸੀਂ ਇਕ ਲਾਈਨ ਲਿਖੀ ਨਾ ਜਦੋਂ ਹੁਣ ਆਪਾਂ ਲਿਖਦੇ ਹੁੰਨੇ ਆ THEN ਜਦੋਂ ਹੁਣ ਕੰਡੀਸ਼ਨ ਜੀ ਇੱਕ ਹਿਸਾਬ ਦੀ ਪਾ ਦੇਤੀ ਤੁਸੀਂ ਦੇਸਪਾਈਟ ਹੈਵਿੰਗ ਸਮ ਫੈਕਟਸ بیਹਾਈਂਡ ਥਿਸ ਪ੍ਰੋਬਲਮ ਉਸ ਤੋਂ ਬਾਅਦ ਕਮਾ ਯੂਜ਼ ਕਰਦੇ ਹੁੰਨੇ ਆਪਾਂ ਠੀਕ ਹੈ ਕਿ ਫੈਕਟ ਜਿਹੜੇ ਇਸ ਪ੍ਰੋਬਲਮ ਦੇ ਮਤਲਬ ਕਿ ਪਿੱਛੇ ਜਿਹੜੇ ਕੰਮ ਕਰ ਰਹੇ ਹੈਗੇ ਆ ਫੈਕਟਸ ਜਾਂ ਕੋਈ ਰੀਜ਼ਨ ਹੈਗਾ ਉਹ ਹੋਣ ਦੇ ਬਾਵਜੂਦ ਕਮਾ ਯੂਜ਼ ਕੀਤਾ ਸੋਲੂਸ਼ਨਸ ਆਰ available to motivate people for doing exercise as mentioned in the essay ਠੀਕ ਆ ਮੋਟੀਵੇਟ ਕਰਨ ਲਈ ਸੋਲੂਸ਼ਨ ਹੈਗੀ ਆ ਪੀਪਲ ਲੋਕਾਂ ਨੂੰ ਠੀਕ ਆ ਕਿ ਐਕਸਰਸਾਈਜ਼ ਕਰਨ ਲਈ ਐਸ ਮੈਂਸ਼ਨ ਇਨ ਦਾ ਏਸੇ ਉਹ ਆਪਾਂ ਸੋਲੂਸ਼ਨ ਦੱਸਦਾ ਕਿ ਕਿਦਾਂ ਠੀਕ ਆ ਤੇ ਆਪਾਂ ਨੂੰ ਉਹਨਾਂ ਨੇ ਇਸ ਸਟੇਟਮੈਂਟ ਦੇ ਵਿੱਚ ਇਹੀ ਪੁੱਛਿਆ ਸੀ ਕਿ ਲੋਕਾਂ ਨੂੰ ਕਿੱਦਾਂ ਇਨਕਰਜ ਕੀਤਾ ਜਾ ਸਕਦਾ ਤੇ ਆਪਾਂ ਉਹੀ ਜਿਹੜਾ ਤਰੀਕਾ ਦੱਸਿਆ ਕਿਦਾਂ ਇਨਕਰਜ ਕੀਤਾ ਜਾ ਸਕਦਾ ਠੀਕ ਆ ਤਾਂ ਆਈ ਹੋਪ ਜਿਹੜੀ ਅੱਜ ਦੀ ਵੀਡੀਓ ਤੁਹਾਡੇ ਲਈ ਇਨਫੋਰਮੇਟਿਵ ਹੋਵੇਗੀ ਤਾਂ ਆਪਾਂ ਜਿਹੜੇ ਅੱਜ ਦੀ ਟਾਈਪ ਕੀਤੀ ਹੈ ਕਾਫੀ ਜਿਹੜੇ ਸਟੂਡੈਂਟਸ ਦੇ ਜਿਹੜੇ ਮੈਸੇजेस ਆ ਰਹੇ ਹੈਗੇ ਕਿਉਂਕਿ ਮੈਂ ਕਹਿ ਰਹੇ ਕਿ ਰਾਈਟਿੰਗ ਬੈਚ ਜਿਹੜਾ ਬਹੁਤ ਜਲਦੀ ਜਿਹੜਾ ਸਟਾਰਟ ਕਰਨ ਜਾ ਰਹੇ ਹੈਗੇ ਤਾਂ ਕਾਫੀ ਸਟੂਡੈਂਟਸ ਜਿਹੜੇ ਮੈਸੇਜ ਆ ਰਹੇ ਹੈ ਕਿ ਹਨਾ ਜਲਦੀ ਸਟਾਰਟ ਕਰੋ ਮੈਮ ਜਲਦੀ ਸਟਾਰਟ ਕਰੋ ਤਾਂ ਉਹਦਾ ਮੈਂ ਤੁਹਾਨੂੰ ਦੱਸ ਦਿੰਦੀ ਆ ਵਿਦਨ ਆਪਣੇ ਕੋਲੇ ਜਿਹੜੇ 3 ਤੋਂ 4 ਡੇਸ ਦੇ ਵਿੱਚ ਮੈਂ ਤੁਹਾਡੇ ਨਾਲ ਦੱਸ ਦੂੰਗੀ ਡੇਟ ਸ਼ੇਅਰ ਕਰ ਦੂੰਗੀ ਠੀਕ ਆ ਤਾਂ ਤੁਸੀਂ ਜਿਹੜੀ ਰਮਿਸ਼ਨ ਲੈ ਸਕਦੇ ਆ ਤਾਂ ਆਪਾਂ ਜਲਦੀ ਮੈਂ ਪੂਰਾ ਟਰਾਈ ਕਰੂੰਗੀ ਕਿ ਆਪਾਂ ਜਲ ਤੋਂ ਜਲਦੀ ਜਿਹੜਾ ਸਟਾਰਟ ਕਰ ਲਈਏ ਥ